जल सप्लाई कामियां दे सुरक्षित भविख नूं लै के जल सप्लाई अते सैनिटेशन वर्कर यूनियन पंजाब दा मलेरकोटलाली धरती दे मंत्री रजिया सुल्ताना दी कोठी अगे लगातार मोर्चा 47वें दिन विच सूबा आगू हंसा सिंह मोड़ बरनाला दी अगवाई हेठ काले झंडे अते माटो लै के कोठी वल मार्च करके दाखिल हो गया है। 47वें दिन भी वर्कर भुख हड़ताल ते बैठे हन। इस मौके आगूआं ने मीडिया दे रूबरू हुंदिआं दस्सिआ कि अज वर्करां ने मंत्री दी कोठी दे धरने तों बाद मार्च करदे हुए जमालपुर दे मुहल्ले अते बाजार दे लोकां नूं लाली ਪੋ ਵੰਡ ਕੇ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਲੰਬੇ ਸਮੇਂ ਤੋਂ ਜਲ ਸਪਲਾਈ ਕਾਮੇ ਸੰਘਰਸ਼ ਕਰ ਰਹੇ ਹਨ ਪਰ ਕੈਪਟਨ ਸਰਕਾਰ ਦੇ ਕੀਤੇ ਵਾਅਦੇ ਵਫਾ ਨਹੀਂ ਹੋਏ ਤਾਂ ਮਜਬੂਰ ਹੋ ਕੇ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ। ਕੱਚੇ ਮੁਲਾਜ਼ਮਾਂ ਲਈ ਕੀਤੇ ਵਾਅਦੇ ਨੂੰ ਕੈਪਟਨ ਸਰਕਾਰ ਜਲਦੀ ਪੂਰਾ ਕਰੇ ਨਹੀਂ ਤਾਂ ਘਰ ਘਰ ਜਾ ਕੇ ਝੂਠੇ ਲਾਰਿਆਂ ਦਾ ਢੰਡੋਰਾ ਪਿੱਟਿਆ ਜਾਵੇਗਾ। ਤੇ ਮੈਡਮ ਰਜ਼ੀਆ ਸੁਲਤਾਨਾ ਦੀ ਕੋਠੀ ਦੇ ਮੂਹਰੇ ਭੁੱਖ ਹੜਤਾਲ ਤੇ ਵੀ ਸਾਡੇ ਸਾਥੀ ਬੈਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ 5 ਵਜੇ ਤੱਕ ਜੀ। ਉਹ ਮੰਤਰੀ ਪਤਾ ਨਹੀਂ ਕੰਨਾਂ ਤੋਂ ਬੋਲੀ ਆ ਅੱਖਾਂ ਤੋਂ ਪਤਾ ਨਹੀਂ ਅੰਨੀ ਆ ਵੀ ਜਿਹਨੇ ਸਾਡਾ ਅੱਜ ਤੱਕ ਸਾਰ ਨਹੀਂ ਲੈਤੀ। ਅਸੀਂ ਬਹੁਤ ਘੱਟ ਤਨਖਾਹਾਂ 'ਤੇ ਕੰਮ ਕਰਦੇ ਹਾਂ। ਇਸ ਮੰਤਰੀ ਨੇ ਸਾਡਾ ਸ਼ੋਸ਼ਣ ਕਰ ਰਹੇ ਆ। ਅਸੀਂ ਇੱਕ ਹੀ ਮੰਗ ਕਰੀ ਹੈ ਮੰਤਰੀ ਤੋਂ ਵੀ ਸਾਨੂੰ ਬੈਕਡੋਰ ਮਸਟੋਲ ਜਾਂ ਸਾਨੂੰ ਸਿੱਧੇ ਵਿਭਾਗ 'ਚ ਲੈ ਕੇ ਟਰੈਕਟਰ ਰਾਹੀਂ ਜਾਂ ਸਾਨੂੰ ਵਿਭਾਗ 'ਚ ਲੈ ਕੇ ਸਾਨੂੰ ਪੱਕੇ ਰੈਗੂਲਰ ਕਰਿਆ ਜਾਵੇ ਜੀ। ਸਾਡੀਆਂ ਮੰਤਰੀ ਨੇ ਕੋਈ ਵੀ ਗੱਲ ਅੱਜ ਤੱਕ ਨਹੀਂ ਸੁਣੀ ਤਾਂ ਅਸੀਂ ਅੱਜ ਜਿਹੜੇ ਤੁਸੀਂ ਦੇਖ ਰਹੇ ਹਾਂ ਲੋਲੀਪੋਪ ਅਸੀਂ ਅੱਜ ਬਾਜ਼ਾਰ ਦੇ ਵਿੱਚ ਗਏ ਹਾਂ ਇਕੱਲੇ ਇਕੱਲੇ ਦੁਕਾਨਦਾਰ ਨੂੰ ਇਕੱਲੇ ਇਕੱਲੇ ਉੱਥੇ ਇਸ ਮਲੇਰਕੋਟਲੇ ਦੇ ਜਿਹੜੇ ਰਹਿ ਰਹੇ ਆ ਲੋਕ ਉਹਨਾਂ ਦੇ ਵਿੱਚ ਗੱਲ ਰੱਖੀ ਆ। ਸਾਡੀ ਲੋਕਾਂ ਨੇ ਗੱਲਬਾਤ ਸੁਣੀ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਨੂੰ 5 ਸਾਲਾਂ ਦੇ ਵਿੱਚ ਆਪਾਂ ਨੂੰ ਆਹ ਇੱਕ ਲੋਲੀਪੋਪ ਦਿੰਦੀ ਆ ਸਰਕਾਰ ਜਿਹੜੀ ਅਸੀਂ ਇਸ ਨੂੰ ਚੂਸਣ ਲਈ ਵੀ ਨਹੀਂ ਅਤੇ ਸਿੱਟਣ ਲਈ ਵੀ ਨਹੀਂ ਅਤੇ ਜਦੋਂ ਇਹਨਾਂ ਦੀਆਂ ਵੋਟਾਂ ਆਉਂਦੀਆਂ ਤਾਂ ਉਦੋਂ ਇਹ ਪਬਲਿਕ 'ਤੇ ਜਾ ਕੇ ਪੈਰੀਆਂ ਹੱਥ ਲਾਉਂਦੇ ਆ ਉਸ ਤੋਂ ਬਾਅਦ ਆਪਦੇ ਪੈਰੀਆਂ ਹੱਥ ਮੁੜ ਕੇ ਲਵਾਉਂਦੇ ਆ। ਸਾਡੀ ਜੋ ਤੁਹਾਡੇ ਅੱਗ ਵੀ ਨਹੀਂ ਸੁਣੀ ਜੀ ਜੋ ਤੁਹਾਡੇ ਆਗੂ ਕਹਿ ਰਹੇ ਨੇ ਕਿ ਜੋ ਤੁਹਾਨੂੰ ਵਿਭਾਗ ਵਿੱਚ ਲਿਆਉਂਦੇ ਨੇ ਵੀ ਅਸੀਂ ਖਜ਼ਾਨੇ 'ਤੇ ਕੋਈ ਬੋਝ ਨਹੀਂ ਪੈਣ ਜਮਾ ਫਿਰ ਸਰਕਾਰ ਖਜ਼ਾਨੇ 'ਤੇ ਬੋਝ ਨਾ ਪਾ ਕੇ ਤੁਹਾਡੀ ਮੰਗ ਕਿਉਂ ਨਹੀਂ ਮੰਨ ਰਹੀ? ਅਸੀਂ ਨਾ ਪਹਿਲਾਂ ਬੋਝ ਸੀ ਸਰਕਾਰ ਉੱਪਰ ਜੀ ਨਾ ਅਸੀਂ ਆ ਜਾਂਗੇ। ਅਸੀਂ ਬੋਝ ਸਰਕਾਰ ਉੱਪਰ ਨਹੀਂ ਇਹ ਏਜੰਸੀਆਂ ਲਿਆਉਂਦੇ ਆ ਏਜੰਸੀ ਰਾਹੀਂ ਇਹ ਕਹਿ ਰਹੇ ਅਸੀਂ 17,000 ਰੁਪਏ ਤਨਖਾਹ ਦੇਵਾਂਗੇ ਪਰ ਉਹ ਏਜੰਸੀ ਦਾ ਸਾਨੂੰ ਫਾਇਦਾ ਕੋਈ ਨਹੀਂ ਕਿਉਂਕਿ ਉਹ ਏਜੰਸੀ ਦਾ ਸਾਨੂੰ ਕੋਈ ਭਰੋਸਾ ਨਹੀਂ ਕਦੋਂ ਉਹ ਸਾਨੂੰ ਏਜੰਸੀ ਹੱਥ ਖੜੇ ਕਰਕੇ ਅਲਵਿਦਾ ਕਹਿ ਜੇ ਜੀ। ਅਸੀਂ ਇਸੇ ਕਰਕੇ ਮੰਨ ਵੀ ਉਹ ਏਜੰਸੀ ਥੱਲੇ ਨਹੀਂ ਆਉਂਦੇ ਅਸੀਂ ਸਿੱਧਾ ਵਿਭਾਗ ਨਾਲ ਕੰਟੈਕਟ ਕਰਕੇ ਅਸੀਂ ਕਹਿੰਦੇ ਸਾਨੂੰ ਵਿਭਾਗ 'ਚ ਲੈ ਕੇ ਸਾਨੂੰ ਰੈਗੂਲਰ ਕਰੋ ਜੀ। ਅੱਜ ਜੀ ਅਸੀਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਜਿਹਨੇ ਪੰਜਾਬ ਰਜਿਸਟਰ ਨੰਬਰ 26 ਵੱਲੋਂ ਮਲੇਰਕੋਟਲਾ ਦੀ ਧਰਤੀ ਤੇ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਅੱਗੇ ਲਗਾਤਾਰ 47ਵੇਂ ਦਿਨ ਮੋਰਚਾ ਚੱਲ ਰਿਹਾ ਹੈ। ਅਸੀਂ 47 ਦਿਨ ਇੱਥੇ ਬੈਠਿਆਂ ਨੂੰ ਹੋ ਗਏ ਪਰ ਇੱਥੋਂ ਦੀ ਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਅਸੀਂ ਥੱਕ ਹਾਰ ਕੇ ਅੱਜ ਦੇ ਪ੍ਰੋਟੈਸਟ ਵਿੱਚ ਅਸੀਂ ਜੋ ਲਾਲੀ ਪੌਪ ਹੁੰਦੇ ਨੇ ਇਹ ਬੱਚਿਆਂ ਦੇ ਖਾਣ ਵਾਲੇ ਇਹ ਅਸੀਂ ਅੱਜ ਬਾਜ਼ਾਰ ਦੇ ਵਿੱਚ ਜਨਤਾ ਨੂੰ ਵੰਡ ਕੇ ਆਏ ਹਾਂ ਅਤੇ ਕਹਿ ਕੇ ਆਏ ਹਾਂ ਕਿ ਸਿਆਸੀ ਲੋਕਾਂ ਦੇ ਵਾਅਦਿਆਂ ਵਿੱਚ ਨਾ ਆਇਓ। ਇਹ 5 ਸਾਲ ਆਪਾਂ ਨੂੰ ਇਹ ਲਾਲੀ ਪੌਪ ਰੂਪੀ ਝੂਠੇ ਵਾਅਦੇ ਕਰਦੇ ਨੇ ਅਤੇ 5 ਸਾਲ ਵਾਅਦੇ ਕਰਨ ਤੋਂ ਬਾਅਦ ਵੋਟਾਂ ਲਾ ਜਾਂਦੇ ਨੇ ਫਿਰ ਇਹ ਲੁੱਟਦੇ ਵੀ ਨੇ ਅਤੇ ਕੁੱਟਦੇ ਵੀ ਨੇ। ਅੱਜ ਅਸੀਂ ਇਕੱਲੇ ਇਕੱਲੇ ਦੁਕਾਨਦਾਰ ਨੂੰ ਬਾਜ਼ਾਰ ਦੇ ਵਿੱਚ ਅਤੇ ਨਾਅਰੇਬਾਜ਼ੀ ਵੀ ਕੀਤੀ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਹ ਦਾਅਵੇ ਕਰਦੇ ਨੇ ਕਿ ਅਸੀਂ ਸਵੱਸ ਪਾਣੀ ਦੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਲਾ ਰਹੇ ਹਾਂ ਸਵੱਸ ਦਾ ਭਾਰਤ ਨਾਂ 'ਤੇ ਅਰਬਾਂ ਰੁਪਇਆ ਖਰਚ ਕਰ ਰਹੇ ਹਾਂ ਪਰ ਜੇਕਰ ਇਹ ਵਰਕਰ ਜੋ ਲੰਮੇ ਸਮੇਂ ਤੋਂ ਇਨਲਿਸਟਮੈਂਟ ਪਾਲਿਸੀ ਦੇ ਵਿਭਾਗ ਵਿੱਚ ਕੰਮ ਕਰਦੇ ਆ ਰਹੇ ਨੇ ਜੇਕਰ ਇਹਨਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਹ ਪ੍ਰੋਜੈਕਟ ਵੀ ਨਹੀਂ ਚੱਲਣਗੇ। ਇਹ ਸਾਡਾ ਦਾਅਵਾ ਬਾਕੀ ਇਹ ਜੋ ਪ੍ਰੋਜੈਕਟ ਲਾਏ ਜਾ ਰਹੇ ਨੇ ਸਵੱਛਤਾ ਭਾਰਤ ਦੇ ਨਾਂ 'ਤੇ ਇਹ ਪੈਸਾ ਬਰਬਾਦ ਕੀਤਾ ਜਾ ਰਿਹਾ ਪਿੰਡਾਂ ਨੂੰ ਜੋ ਟੈਂਕੀਆਂ ਪੰਚਾਇਤਾਂ ਨੂੰ ਸੰਭਾਈਆਂ ਜਾ ਰਹੀਆਂ ਨੇ ਇਹ ਚਿੱਟਾ ਹਾਥੀ ਬਣ ਰਹੀਆਂ ਨੇ ਕਿਉਂਕਿ ਪੰਚਾਇਤਾਂ ਇਹ ਬੋਝ ਚੱਲਣ ਦੇ ਕਾਬਲੇ ਨਹੀਂ ਹੈਗਾ। ਅਸੀਂ ਮੰਗ ਕਰਦੇ ਹਾਂ ਮੰਤਰੀ ਤੋਂ ਕਿ ਵਿਭਾਗ ਨੂੰ ਚਾਲੂ ਰੱਖ ਕੇ ਇਹ ਵਿਭਾਗ ਦਾ ਭੋਗ ਪਾਉਣਾ ਚਾਹੁੰਦੇ ਨੇ ਵੀ ਵਿਭਾਗ ਨੂੰ ਚਾਲੂ ਹਾਲਤ ਰੱਖ ਕੇ ਇਹਨਾਂ ਵਰਕਰਾਂ ਦੀ ਜਲਦੀ ਤੋਂ ਜਲਦੀ ਮੰਗ ਮੰਨੀ ਜਾਵੇ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਥੋੜ੍ਹਾ ਜਿਹਾ ਧਰਤੀ ਦੇ ਉੱਤਰ ਕੇ ਦੇਖੋ ਜੋ ਤੁਸੀਂ ਕਾਗਜ਼ੀ ਕਾਰਵਾਈਆਂ ਵਿੱਚ ਗੱਲਾਂ ਕਰਦੇ ਹੋ ਅਸਲ 'ਚ ਗਰਾਊਂਡ ਦੇ ਵਿੱਚ ਨਹੀਂ ਹੈਗੀਆਂ। ਜਦੋਂ ਤੁਸੀਂ ਜ਼ਮੀਨ 'ਤੇ ਆਵੋਗੇ ਤੁਹਾਨੂੰ ਅਸਲੀਅਤ ਪਤਾ ਲੱਗ ਜੂਗੀ। ਇਸ ਲਈ
ਜੇਕਰ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜਨਤਾ ਦੀ ਕਚਹਿਰੀ 'ਚ ਇਹਨਾਂ ਨੂੰ ਜਵਾਬ ਲਾਇਆ। ਆਹ ਲਾਲੀ ਪੌਪ ਜੋ ਤੁਸੀਂ ਦੇਖ ਰਹੇ ਹੋ, ਅੱਜ ਅਸੀਂ ਵਾਰਡਾਂ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਲੋਕਾਂ ਦੇ ਵਿੱਚ ਵੰਡ ਕੇ ਆਇਆ। ਲੋਕਾਂ ਨੇ ਸਾਨੂੰ ਬਹੁਤ ਰਿਸਪੌਂਸ ਦਿੱਤਾ, ਲੋਕਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਕਿ ਜਦੇ ਲੋਕ ਆਉਣਗੇ ਤਾਂ ਇਹਨਾਂ ਨੂੰ ਜ਼ਰੂਰ ਪੁੱਛਾਂਗੇ, ਕਿਉਂਕਿ ਤੁਹਾਡਾ ਭਵਿੱਖ ਨਹੀਂ, ਇਹ ਸਾਡੇ ਬੱਚਿਆਂ ਦਾ ਵੀ ਭਵਿੱਖ ਆ।